ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਨ ਕਿਹੜਾ ਸੀ? ਉਸ ਸਮੇਂ ਜਦੋਂ ਇਤਿਹਾਸ ਪੜ੍ਹੀਏ, ਉਸ ਸਮੇਂ ਜਿਹੜਾ ਇੱਥੇ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਕੈਲੰਡਰ ਚੱਲਦਾ ਸੀ, ਚੰਦਰ ਸੂਰਜੀ ਬਿਕਰਮੀ ਕੈਲੰਡਰ, ਉਹਦੇ ਅਨੁਸਾਰ ਦੋ ਹਾੜ ਦਾ ਦਿਨ ਉਸ ਸਮੇਂ ਬਣਦਾ ਕਿ ਦੋ ਹਾੜ ਦੇ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਤੱਤੀ ਤਵੀ ਦੇ ਉੱਪਰ ਬਿਠਾਇਆ ਗਿਆ। ਉਸ ਸਮੇਂ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਆਏ, ਉਹਨਾਂ ਨੇ ਆਪਣੀ ਸਹੂਲਤ ਦੇ ਲਈ ਜੂਲੀਅਨ ਕੈਲੰਡਰ ਹੈ ਜਿਹੜਾ, ਉਹਦੇ ਵਿੱਚ ਦੋ ਹਾੜ ਨੂੰ ਤਬਦੀਲ ਕਰਕੇ 30 ਮਈ ਬਣਾਇਆ। 30 ਮਈ ਇੱਕ ਗੱਲ ਚੇਤਾ ਰੱਖਣੀ, ਉਸ ਸਮੇਂ ਨਹੀਂ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੇਲੇ ਇਸ ਹਿੰਦੁਸਤਾਨ ਦੇ ਵਿੱਚ ਲਾਗੂ। ਕਿਉਂ ਭਲਾ? ਕਿਉਂਕਿ ਜਿਹੜਾ ਭਾਰਤ ਦੇ ਵਿੱਚ ਕੈਲੰਡਰ ਸੀ ਉਹ ਤਾਂ ਸਿਰਫ ਇੱਕ ਬਿਕਰਮੀ ਕੈਲੰਡਰ ਸੀ, ਜਿਹਨੂੰ ਆਪਾਂ ਸੂਰਜ ਚੰਦਰ ਬਿਕਰਮੀ ਕੈਲੰਡਰ ਕਹਿੰਦੇ ਹਾਂ, ਅਤੇ ਇੱਕ ਮੁਸਲਮਾਨਾਂ ਦਾ ਹਿਜਰੀ ਕੈਲੰਡਰ ਉੱਥੇ ਮੌਜੂਦ ਸੀ। ਹਿਜਰੀ ਕੈਲੰਡਰ ਦੇ ਵਿੱਚ ਮੁਸਲਮਾਨਾਂ ਨੇ ਤਰੀਕਾਂ ਲਿਖੀਆਂ, ਸਾਡੇ ਲੋਕਾਂ ਨੇ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਨੂੰ ਆਪਣੇ ਗ੍ਰੰਥਾਂ ਦੇ ਵਿੱਚ ਉਤਾਰ ਲਿਆ। ਉਹਦਾ ਇੱਕ ਕਾਰਨ ਸੀ ਕਿਉਂਕਿ ਇਹ ਜਿੱਥੋਂ ਸ਼ੁਰੂਆਤ ਹੋਈ ਸੀ, ਜਿੱਥੋਂ ਪੜ੍ਹਾਈ ਹੁੰਦੀ ਸੀ, ਉਹ ਜ਼ਿਆਦਾ ਪੰਡਿਤਾਂ ਦੇ ਕੋਲੋਂ ਪੜ੍ਹਾਈ ਕਰਕੇ ਜਿਹੜੇ ਆਪਣੇ ਕਵੀ ਸਨ ਉਹ ਪੰਡਿਤਾਂ ਦੇ ਕੋਲੋਂ ਬ੍ਰਾਹਮਣਾਂ ਦੇ ਕੋਲੋਂ ਸਿੱਖ ਕੇ ਅਤੇ ਉਹ ਫਿਰ ਤਰੀਕਾਂ ਨੂੰ ਬਿਕਰਮੀ ਤਰੀਕਾਂ ਦੇ ਵਿੱਚ ਲਿਖ ਲੈਂਦੇ ਸਨ। ਇਹਨਾਂ ਨੂੰ ਜ਼ਿਆਦਾ ਭਾਰਤੀ ਲੋਕਾਂ ਨੂੰ ਪਤਾ ਸੀ ਬਿਕਰਮੀ ਤਰੀਕਾਂ ਦਾ। ਜਦੋਂ ਗੁਰੂ ਸਾਹਿਬ ਦੀ ਤਰੀਕ ਦੀ ਗੱਲ ਕਰੀਏ, ਉਸ ਸਮੇਂ ਦੋ ਹਾੜ ਮਿਲਦੀ ਹੈ। ਅੱਜ ਵੀ ਨਾਨਕਸ਼ਾਹੀ ਕੈਲੰਡਰ ਤੁਸੀਂ ਵੇਖੋ, ਉਹਦੇ ਵਿੱਚ ਦੋ ਹਾੜ ਦੀ ਤਰੀਕ ਮਿਲੇਗੀ। ਦੋ ਹਾੜ ਅੱਜ ਆ ਰਹੀ ਹੈ 16 ਜੂਨ ਨੂੰ, ਉਦੋਂ ਵੀ ਦੋ ਹਾੜ ਸੀ, ਅੱਜ ਵੀ ਦੋ ਹਾੜ ਹੈ। ਉਦੋਂ 30 ਮਈ ਜੂਲੀਅਨ ਕੈਲੰਡਰ ਦੀ ਤਰੀਕ ਸੀ, ਅੱਜ ਗ੍ਰੈਗੋਰੀਅਨ ਕੈਲੰਡਰ ਦੀ 16 ਜੂਨ ਬਣਦੀ ਹੈ ਜੀ। ਕੈਲੰਡਰਾਂ ਦਾ ਕੀ ਹਿਸਾਬ ਕਿਤਾਬ ਹੈ, ਇਹਦੇ ਬਾਰੇ ਮੇਰੀ ਇੱਕ ਵੀਡੀਓ ਪਹਿਲਾਂ ਪਈ, ਇੱਕ ਕਥਾ ਸਮਾਗਮ ਸਾਡਾ ਪਿਆ, ਉਹ ਪੂਰਾ ਕੈਲੰਡਰਾਂ ਦੇ ਉੱਪਰ, ਹੋਰ ਵੀ ਜੇ ਲੋੜ ਪਏਗੀ ਆਪਾਂ ਵਿਚਾਰ ਕਰਾਂਗੇ ਇਹਦੇ ਬਾਰੇ, ਕੈਲੰਡਰਾਂ ਦੇ ਬਾਰੇ। ਉਹ ਸਾਰੇ ਜੂਲੀਅਨ ਕੈਲੰਡਰ, ਗ੍ਰੈਗੋਰੀਅਨ ਕੈਲੰਡਰ ਕਿਵੇਂ ਕੈਲੰਡਰ ਬਣਦੇ ਨੇ, ਉਹ ਸਾਰੀਆਂ ਗੱਲਾਂ ਉਹਦੇ ਵਿੱਚ ਦੱਸੀਆਂ ਨੇ। ਮੈਂ ਮੋਟੀ ਜਿਹੀ ਗੱਲ ਦੱਸ ਦੇਣਾ ਤੁਹਾਨੂੰ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ ਹੈ ਉਹ 22 ਦਸੰਬਰ ਵੀ ਨਹੀਂ ਅਤੇ 5 ਜਨਵਰੀ ਵੀ ਨਹੀਂ, 23 ਪੋਹ ਦੀ ਤਰੀਕ ਫਿਕਸ ਕੀਤੀ ਹੈ ਦੇਸੀ ਦੀ। 23 ਪੋਹ ਦੀ ਤਰੀਕ ਨਾਨਕਸ਼ਾਹੀ ਕੈਲੰਡਰ ਦੇ ਵਿੱਚ, ਉਸੇ ਤਰੀਕੇ ਦੇ ਨਾਲ ਦੋ ਹਾੜ ਦੀ ਤਰੀਕ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੀ ਫਿਕਸ ਕੀਤੀ ਗਈ ਹੈ, ਉਹਦੇ ਅਨੁਸਾਰ ਆਪਾਂ ਮਨਾਉਣਾ ਦੋ ਹਾੜ ਨੂੰ। ਅਤੇ ਦੋ ਹਾੜ ਆ ਰਹੀ ਹੈ 16 ਜੂਨ ਨੂੰ, ਉਦੋਂ ਵੀ ਦੋ ਹਾੜ ਸੀ, ਉਦੋਂ 30 ਮਈ ਨਹੀਂ। ਇੱਕ ਗੱਲ ਚੇਤਾ ਰੱਖਿਓ, ਕਈ ਸੁਣਾਈ ਹੋਣਗੇ 30 ਮਈ ਨੂੰ ਹੋਇਆ, ਨਹੀਂ ਜੀ, 30 ਮਈ ਉਦੋਂ ਕੈਲੰਡਰ ਮਈ ਵਾਲਾ, ਜੂਨ ਜੁਲਾਈ ਵਾਲਾ, ਇਹ ਕੈਲੰਡਰ ਹੀ ਉਦੋਂ ਨਹੀਂ ਸੀ ਲਾਗੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੇਲੇ। ਉਦੋਂ ਦੋ ਹਾੜ ਬਣਦੀ ਸੀ ਅਤੇ ਅੱਜ ਵੀ ਦੋ ਹਾੜ ਬਣਦੀ ਹੈ। ਅੱਜ ਨਾਨਕਸ਼ਾਹੀ ਕੈਲੰਡਰ ਦੀ ਦੋ ਹਾੜ 16 ਜੂਨ ਨੂੰ ਬਣਦੀ ਹੈ, ਇਹ ਆਪਾਂ ਧਿਆਨ ਦੇ ਵਿੱਚ ਰੱਖਣਾ।